ਜਿਹੜੀ ਡਾਟ ਲਾਈ ਹੈ ਨਾ ਉਹਨੇ ਆਪਣੀ ਸੈਕੰਡ ਫਲੋਰ ਤੱਕਰ ਗਿਆ ਹੈ ਸੈਕੰਡ ਫਲੋਰ ਤੱਕ ਜਾ ਰਹੀ ਹੈ ਠੀਕ ਹੈ ਜੀ ਆਮ ਤੌਰ ਤੇ ਗਰਾਉਂਡ ਫਲੋਰ ਤੀ ਕੰਪਲੀਟ ਕਰੂਆ ਹੁੰਦੀ ਹੈ ਜੇ ਛੜ ਦੇ ਮਹੀਨਾ ਵਿੱਚ ਰੈਕਟ ਨਹੀਂ ਕਰਦਾ ਠੀਕ ਆ ਬਈ ਉਹ ਮੰਗਦੇ ਮਹੀਨੇ ਤੇ ਧਲਕਨ ਨਹੀਂ ਹੁੰਦੀ ਇਹਦੀ ਤਸਵੀਰ ਹੀ ਠੰਡੀ ਹੈ ਤਸਵੀਰ ਠੰਡੀ ਹੈ ਹਾਂ ਜੀ ਇਹ ਹੁਣ ਅਸੀਂ ਕੀ ਕਰ ਬੱਟਾਂ ਛੋੜੀਆਂ ਪਾ ਲਈਆਂ ਕਹਿ ਰਹੇ ਵਧਾ ਲੈ ਇੱਕ ਬੱਟੇ ਦੁਰ ਜੰਨੇ ਆ ਠੀਕ ਆ ਬਈ ਉਧਰੋਂ ਦੂਜੀ ਬੱਟ ਤੇ ਚੜਕੇ ਆ ਜੰਨੇ ਆ ਸਸੀ ਗਾਲ ਦੋਸਤੋ ਅੱਜ ਇੱਕ ਹੋਰ ਪ੍ਰਾਤਨ ਹਵੇਲੀ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੀਆਂ ਦੋ ਹਵੇਲੀਆਂ ਨੇ ਹਵੇਲੀ ਨੇ ਦੋ ਹਵੇਲੀਆਂ ਨੇ ਤੇ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਦੋਨੇ ਭਰਾਵਾਂ ਨੇ ਤੇ ਖੇਤਾਂ ਦੇ ਵਿੱਚੋਂ ਵਿੱਚ ਤੇ ਬਹੁਤ ਸੋਹਣੀ ਲੁੱਕ ਆਉਂਦੀ ਆ ਤੇ ਸਾਰੀ ਗੱਲਬਾਤ ਜਾਣਾਂਗੇ ਬਾਈ ਹੋਰਿਆਂ ਤੋਂ ਤੇ ਡਿਟੇਲ ਜਾਣਾਂਗੇ ਅੱਸੀ ਗੱਲਬਾਤ ਠੀਕ ਆ ਬਾਈ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਕਿਹੜੇ ਪਿੰਡ ਖੜੇ ਆ ਜੀ ਨਾਮ ਮੇਰਾ ਵੀਰੇ ਰਜਿੰਦਰ ਹੈ ਜੀ ਪਿੰਡ ਸਾਡਾ ਦਲੀਏਵਾਲੀ ਜੀ ਤੇ ਮਠੇ ਸਰ ਵੀ ਕਹਿ ਦਿੰਦੇ ਆ ਸਾਡੇ ਇੱਥੇ 10ਵੇਂ ਪਾਤਸ਼ਾਹ ਸਾਬ ਸੇਹਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਜੀ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਘਰ ਬਣਿਆ ਹੋਇਆ ਬਹੁਤ ਵਧੀਆ ਜੀ ਤੇ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਹਾਂਜੀ ਬਾਈ ਜੀ ਇਹਦਾ ਆਈਡੀਆ ਕਿੱਥੋਂ ਆਉਂਦਾਗਾ ਆਪਣਾ ਮਤਲਬ ਇਸ ਤਰ੍ਹਾਂ ਪ੍ਰਤਨੀ ਹਵੇਲੀਆਂ ਬਣਾਈਆਂ ਕਿਉਂਕਿ ਅੱਜ ਕੱਲ ਹਰ ਕੋਈ ਸੋਚਦਾ ਵੀ ਵੀ ਨਵੀਂ ਲੁੱਕ ਵਾਲੀ ਬਣਾਈਏ ਆਈਡੀਆ ਤਾਂ ਏਸੀ ਵੀਰ ਜੀ ਹਾਂਜੀ ਜਦੋਂ ਅਸੀਂ ਮਕਾਨ ਬਣਾਉਣ ਦੀ ਸੋਚੀ ਜੀ ਅਸੀਂ ਦੋਵੇਂ ਭਰਾ ਮੈਂ ਤੇ ਤੁਹਾਡਾ ਬਾਈ ਦਾ ਕੀ ਨਾਮ ਆ ਇਹਦਾ ਨਾਮ ਹਰਜਿੰਦਰ ਹਰਜਿੰਦਰ ਸਾਡੇ ਨਾਮ ਵੀ ਠੀਕ ਹੈ ਹਰਜਿੰਦਰ ਤੇ ਹਰਜਿੰਦਰ ਹਾਂ ਰਾਰੇ ਤੇ ਹਾਹੇ ਦੀ ਫਰਕ ਹੈ ਠੀਕ ਹੈ ਜੀ ਹਾਂਜੀ ਹਾਂ ਜੀ ਬਾਈ ਤੇ ਜਦੋਂ ਅਸੀਂ ਮਕਾਨ ਬਣਾਉਣ ਦੀ ਸੋਚੀ ਸਾਡੇ ਦਿਮਾਗ ਦੇ ਵਿੱਚ ਇਹ ਆਇਆ ਵੀ ਜਿਸ ਤਰ੍ਹਾਂ ਦੇ ਵਿੱਚ ਹੁਣ ਅੱਜਕੱਲ ਟ੍ਰੈਂਡ ਨਹੀਂ ਚੱਲਦਾ ਉਹ ਇਟਾਲੀਅਨ ਸ਼ੇਪ ਚੱਲਦੀ ਹੈ ਨਾ ਹਾਂਜੀ ਹਾਂ ਭਾਈ ਅਸੀਂ ਸੋਚਣ ਲੱਗੇ ਵੀ ਜਦੋਂ ਅੱਜ ਆਪ ਇਹ ਜਿਹੀ ਸ਼ੇਪ ਦਿੱਤੀ ਜੀ ਤਾਂ ਵੀ ਇਹਦਾ ਕੋਈ ਟ੍ਰੈਂਡ ਬੜਾ ਲੰਮਾ ਚੌੜਾ ਨਹੀਂ ਜਾਂਦਾ ਕਿਉਂ ਸਾਾਲੋ ਸਾਲਾਂ ਬਾਅਦ ਤੁਹਾਨੂੰ ਪਤਾ ਹੀ ਹੈ ਉਹ ਚੇਂਜ ਕੋਈ ਨਾ ਕੋਈ ਕੁਛ ਨਾ ਕੁਛ ਚੇਂਜ ਕਰ ਦਿੰਦੇ ਨੇ ਮਾਈਨਰ ਜਾਂ ਹਾਂਜੀ ਫਿਰ ਉਹ ਆਪਣੇ ਦਿਮਾਗ ਦੇ ਵਿੱਚ ਰਹਿੰਦਾ ਵੀ ਆਪਾਂ ਯਾਰ ਹੁਣ ਤਾਂ ਬਣਾਇਆ ਸੀ ਹੈ ਨਾ ਹਾਂ ਵੀ ਇਹ ਤਾਂ ਪੁਰਾਣਾ ਹੋ ਗਿਆ ਕੁਝ ਸਾਡੇ ਮੰਦੇ ਵਿੱਚ ਪਹਿਲਾਂ ਤੋਂ ਹੀ ਸਾਨੂੰ ਸ਼ੌਂਕ ਵੀ ਸੀ ਇਸ ਗੱਲ ਦਾ ਲਾ ਲੋ ਤੇ ਉਦੋਂ ਸਾਨੂੰ ਐ ਜੇ ਸੀਗਾ ਖਬਰ ਨਹੀਂ ਇਹ ਕੋਈ ਜਿਆਦਾ ਮਹਿੰਗਾ ਪ੍ਰੋਜੈਕਟ ਨਾ ਹੋਵੇ ਠੀਕ ਆ ਬਈ ਤੇ ਚਲੋ ਅਸੀਂ ਡਿਸਕਸ ਕਰਦੇ ਕਰਦੇ ਆਪਸ ਦੇ ਵਿੱਚ ਕਰਦੇ ਵਿੱਚ ਜਦੋਂ ਆਪਾਂ رائے ਵਾਰੀ ਕੱਢਦੇ ਆ ਤੇ ਫਿਰ ਸੋਚਿਆ ਵੀ ਚਲੋ ਕਿਉਂ ਨਾ ਵੀ ਆਪਾਂ ਪੁਰਾਣੀ ਲੋਕ ਜਦੋਂ ਆਪਾਂ ਸੋਚਦੇ ਵੀ ਸ਼ੌਂਕ ਵੀ ਰੱਖਦੇ ਆ ਇਹ ਚੀਜ਼ਾਂ ਦਾ ਜੀ ਕਿਉਂ ਆਪੀਆਂ ਵਿਰਸੇ ਨਾਲ ਰਿਲੇਟਡ ਅਸੀਂ ਕਈ ਚੀਜ਼ਾਂ ਸਾਂਭ ਕੇ ਵੀ ਰੱਖੀਆਂ ਹੋਈਆਂ ਘਰੇ ਵੱਚ ਜੀ ਉਹ ਵੀ ਦਿਖਾਵਾਂਗੇ ਦਰਸ਼ਕਾਂ ਨੂੰ ਹਾਂਜੀ ਹਾਂ ਠੀਕ ਆ ਬਈ ਜੀ ਕਿੰਨੇ ਚ ਕਿਹੜੇ ਸਾਲ ਚ ਬਣਾਈ ਸੀ ਬਈ ਆਪਾਂ ਇਹ ਫਿਰ ਵੀ ਆਪਾਂ 2017 ਦੇ ਜਨਵਰੀ ਚ ਸਟਾਰਟ ਕਰਿਆ ਸੀਗਾ ਜੀ ਹਾਂਜੀ ਨਾ ਇਹ ਦੂਸਰੀ ਹੁਣ ਬਣਾਉਣ ਲੱਗੇ ਆਪਾਂ ਹਾਂਜੀ ਇਹ ਪਹਿਲਾਂ ਤਾਂ ਜਦੋਂ ਆਪਣੀ ਜੁਆਇੰਟ ਫੈਮਿਲੀ ਐ ਜੀ ਤੇ ਉਹਦੇ ਵਿੱਚ ਅਸੀਂ ਚਲੋ ਇੱਕ ਸਟਾਰਟ ਕਰ ਲਈ ਇਧਰਲੇ ਵਾਲੀ ਇਹਨੂੰ ਸਟਾਰਟ ਕਰਕੇ ਇੱਧਰ ਸਾਡਾ ਰੈਸ਼ ਦਾ ਪ੍ਰਬੰਧ ਸਾਨੂੰ ਪਤੀ ਹੈ ਜਿਵੇਂ ਆਪਣਾ ਹੁੰਦਾ ਦੀ ਮਹਾਰਾਂ ਦਾ ਉਦੋਂ ਵਾਦੇ ਵਿੱਚ ਫਿਰ ਹੁਣ ਜਦੋਂ ਉਧਰ ਰੈਸ਼ ਹੋ ਗਈ ਤੇ ਇੱਧਰ ਫਿਰ ਨਾਲ ਨਾਲ ਸੋਚਿਆ ਵੀ ਚਲੋ ਦੋ ਭਈਆਂ ਆਪਾਂ ਹਾਂਜੀ ਵੀ ਕਿਸੇ ਵੇਲੇ ਦਾ ਚਲੋ ਪਤਾ ਹੀ ਹੈ ਨਾ ਹਾਂ ਚਲੋ ਤਾਂ ਅੱਜ ਦਾ ਸਮੇਂ ਜਿਵੇਂ ਚੱਲਦਾ ਵੀ ਉਹ ਪਹਿਲੀ ਸੋਚ ਕੇ ਆਪਰ ਰੱਖਿਆ ਹਾਂਜੀ ਹਾਂ ਤੇ ਉਹ ਫਿਰ ਵੀ ਇਧਰ ਤਾਂ ਚੱਲੋ ਹੁਣ ਆਪਾਂ ਆਦ ਦੇ ਰਿਹਾ ਸ਼ੋਗਰਾ ਕਰ ਲਿਆ ਹੁਣ ਇਹ ਇਧਰ ਨਾਲ ਸਿਸਟਮ ਚਲਾ ਰੱਖਿਆ ਠੀਕ ਆ ਬਈ ਤੇ ਆਜੋ ਬਈ ਅੰਦਰੋਂ ਆਪਾਂ ਗੱਲਬਾਤ ਕਰਦੇ ਆ ਨਾਲੇ ਦਰਸ਼ਕਾਂ ਆਉਂਦਾ ਬਈ ਕਿੰਨੇ ਸਕੁਅਰ ਫੁੱਟ ਏਰੀਆ ਆ ਜਾਂਦਾ ਦੋਨਾਂ ਹੀ ਫੇਲੀਆਂ ਦਾ ਸੇਮ ਹੀ ਆ ਹਾਂਜੀ ਬਿਲਕੁਲ ਸੇਮ ਸਟਰਕਚਰ ਵੀ ਸਾਰਾ ਸੇਮ ਆ ਸਾਰਾ A to Z ਠੀਕ ਆ ਬਈ ਤੇ ਕਿੰਨੇ ਸਕੁਅਰ ਫੁੱਟ ਏਰੀਆ ਚ ਬਈ ਇਹ ਸਕੁਅਰ ਫੁੱਟ ਜੀ ਇਹ 1500 1600 ਸਕੁਅਰ ਫੁੱਟ ਦਾ ਏਰੀਆ ਹੈਗਾ 1500 ਹਾਂਜੀ ਠੀਕ ਆ ਬਈ ਤੇ ਕਾਸਟ ਦੀ ਗੱਲ ਕਰੀ ਬਈ ਕਿੰਨੀ ਕ ਆ ਗਈ ਜਿੱ ਕੋਸਟ ਆਪਾਂ ਗੱਲ ਕਰੀਏ ਇਕੱਲੇ ਆਪਣੇ ਮਤਲਬ ਆਪਾਂ ਇਹਨੂੰ ਆਪਾਂ ਕਹਾਂਗੇ ਤਾਂ ਰੈ residenccy ਕਹਾਂਗੇ ਹਨਾ ਜੇ ਆਪਾਂ ਇਹ ਏਰੀਆ ਦੀ ਗੱਲ ਕਰਾਂਗੇ ਲਗਭਗ 24-25 ਲੱਖ ਦੇ ਵਿੱਚ ਵਿੱਚ ਇਹ ਕੰਪਲੀਟ ਆਪਣਾ ਹੋ ਗਿਆ ਠੀਕ ਹੈ ਜੀ ਜਿੰਨਾ ਕੁ ਮਤਲਬ 2016-17 ਚ ਹੋਇਆ ਹੋ ਮਤਲਬ ਹਾਂਜੀ 17 ਦੇ ਵਿੱਚ ਕਿ ਹੁਣ ਤਾਂ ਚਲੋ ਜਿਵੇਂ 17 ਦੇ ਵਿੱਚ ਆ ਸ਼ੁਰੂ ਕਰਿਆ ਸੀਗਾ ਉਸ ਤੋਂ ਬਾਅਦ ਚ ਹੁਣ ਇੱਧਰ ਹੋ ਗਏ ਕੁਝ ਚੀਜ਼ਾਂ ਦੇ ਰੇਟ ਅੱਪ ਹੋ ਗਏ ਸਿਮੈਂਟ ਹੋ ਗਿਆ ਹਾਂ ਹੁਣ ਤਾਂ ਬਹੁਤ ਹੀ ਅੱਪ ਹੋ ਗਏ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਨੋਟਬੰਦੀ ਵੀ ਆਈ ਉਦੋਂ GST ਵਗੈਰਾ ਸਾਰਾ ਕੁਝ ਲੱਗ ਕੇ ਹਾਂਜੀ ਉਹ ਹਰ ਇੱਕ ਚੀਜ਼ ਤੇ ਪਿਆ ਹਾਂਜੀ ਜਿਵੇਂ ਇਧਰ ਮੰਨ ਲਓ ਵੀ ਇਹ ਉਦੋਂ 24 25 ਲੱਖ ਰਸਰ ਗਿਆ ਇਧਰ 70 ਲੱਖ ਵਿੱਚ ਐਡ ਆਉਣ ਉਹ ਹਾਂ 10 ਲੱਖ ਤੱਕ ਵੀ ਐਡ ਹੋ ਸਕਦਾ ਹਾਂਜੀ ਹਾਂ ਹੋ ਸਕਦਾ ਕਿਉਂ ਹੋਲੇ ਚੱਲੀ ਜਾ ਰਿਹਾ ਨਾ ਇਨਕੰਪਲੀਟ ਆ ਹਾਂਜੀ ਤਾਂ ਚੱਲੀ ਜਾ ਠੀਕ ਆ ਬਾਈ ਤੇ ਬਾਈ ਕੀ ਕੁਛ ਆਪਾਂ ਇਹਦੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਆਪਣੇ ਦਰਸ਼ਕ ਵੀਰ ਦੇਖਦੇ ਹਨ ਮੈਂ ਆਪਣਾ ਤੁਸੀਂ ਫੋਟੋ ਵੀ ਰੱਖੀ ਹੋਏ ਨਕਸ਼ੇ ਦੀ ਤੇ ਵੱਖਰਾ ਦੇ ਇੱਕ ਤਾਂ ਵੀਰੇ ਤੁਸੀਂ ਹਾਂਜੀ ਭਾਈ ਜਦੋਂ ਤੁਹਾਡਾ ਕੰਮ ਹੈ ਤੁਸੀਂ ਹਵੇਲੀਆਂ ਦੀ ਪੌਣੇ ਵੀਡੀਓ ਬਣਾਉਣੇ ਰਹਿੰਦੇ ਹੋ ਇੱਕ ਤਾਂ ਮੇਰਾ خیال ਤੁਸੀਂ ਦੇਖਿਆ ਹੋਊਗਾ ਹਨਾ ਵੀ ਤੁਹਾਨੂੰ ਆ ਚੀਜ਼ ਨਹੀਂ ਕੀਤੀ ਆ ਇਹ ਚੌਖਾ ਜਿਵੇਂ ਇਹ ਤੁਸੀਂ ਵੱਖਰੀ ਰੱਖਿਆ ਹਾਂ ਹਾਂਜੀ ਹਾਂ ਇਹ ਤੁਹਾਨੂੰ ਮੇਰਾ خیال ਦੇਖਿਆ ਪੁਰਾਣੀਆਂ ਹਵੇਲੀਆਂ ਤਾਂ ਮੈਂ ਦੇਖਿਆ ਜਿਹੜੀਆਂ ਹੁਣ ਬਣੀਆਂ ਨੇ ਚ ਕਿਸੇ ਚ ਨਹੀਂ ਹਾਂਜੀ ਹਾਂ ਠੀਕ ਆ ਭਾਈ ਤੇ ਸਾਨੂੰ ਤਾਂ ਇਹ ਲੱਗਦਾ ਵੀ ਸਾਡਾ ਸਾਰ ਨੂੰ ਵੱਖਰਾ ਤਾਂ ਇੱਕ ਇਹੀ ਹੈ ਇੱਕ ਇਹ ਹੈਗਾ ਵੀ ਅਸੀਂ ਜਿਆਦਾ ਹਵੇਲੀਆਂ ਸੀ ਵੀ ਜਦੋਂ ਇਹ ਕਰ ਰਹੇ ਸੀਗੇ ਅਸੀਂ ਕਾਫੀ ਹਵੇਲੀਆਂ ਦੇਖੀਆਂ ਸੀਗਾ ਸਰਚ ਕਰਦੇ ਸੀ ਠੀਕ ਆ ਭਾਈ ਤੇ ਉਹਨਾਂ ਦੀ ਜਿਹੜੀ ਡਾਟ ਲਾਈ ਹੈ ਨਾ ਹਾਂਜੀ ਹੁਣ ਇਹ ਆਪਣੀ ਸੈਕੰਡ ਫਲੋਰ ਤੱਕ ਰ ਗਿਆ ਹੈ ਸੈਕੰਡ ਫਲੋਰ ਤੱਕ ਰ ਗਿਆ ਹੈ ਠੀਕ ਹੈ ਜੀ ਤੇ ਆਮ ਤੌਰ ਤੇ ਗਰਾਉਂਡ ਫਲੋਰ ਤੀ ਕੰਪਲੀਟ ਕਰੂਆ ਜਾਂਦੀ ਹੈ ਉਹ ਤੋਂ ਪਹਿਲਾਂ ਇੱਕ ਮੈਂ ਚੀਜ਼ ਨੋਟ ਕਰ ਰਿਆ ਤੁਸੀਂ ਅੰਦਰ ਮਾਰਬਲ ਤਾਂ ਸੇਮ ਹੀ ਲਾਇਆ ਜਿਵੇਂ ਹਰ ਕੋਈ ਲਾਉਂਦਾ ਹੈ ਇਹ ਬਾਹਰ ਵੀ ਇਹ ਰੈੱਡ ਕਲਰ ਵਾਲਾ ਜਿਹੜਾ ਇਹ ਇਹ ਇਹਦਾ ਕੀ ਸਿਸਟਮ ਆ ਬਈ ਇਹਦੇ ਵਿੱਚ ਇਹ ਹੈ ਗੱਲ ਵੀਰ ਜੀ ਮਤਲਬ ਮੈਂ ਨਾ ਗਿਆ ਸੀ ਕਿਸੇ ਪਾਸੇ ਠੀਕ ਆ ਬਈ ਤੇ ਇਹ ਆਪਾਂ ਜਦੋਂ ਆਪਾਂ ਆਮ ਘਰਾਂ 'ਚ ਜਾਂਦੇ ਹੀ ਆ ਜੀ ਆਪ ਆਪ ਦੇਖਦੇ ਆ ਮਾਰਵਲ ਹਾਂਜੀ ਇਹਨੂੰ ਡੂੰਗਰੀ ਵਗੈਰਾ ਕੁਝ ਵੀ ਕਹਿ ਲੈਂਦੇ ਹਾਂ ਹਾਂ ਬਈ ਚਲੋ ਤਾਂ ਜੜਾ ਹੀ ਬ੍ਰਾਂਡ ਵਾਲਾ ਲੈ ਲੈਂਦੇ ਜਦੋਂ ਆਪਾਂ ਦੇਖਦੇ ਆ ਇਹ ਆਮ ਤੌਰ ਤੇ ਲੋਕਾਂ ਦੇ ਘਰਾਂ 'ਚ ਵਿਹੜਿਆਂ 'ਚ ਵੀ ਲੱਗਿਆ ਹੋਇਆ ਠੀਕ ਆ ਬਈ ਜਦੋਂ ਆਪਾਂ ਤੁਸੀਂ ਦੇਖਿਆ ਹੋਊਗਾ ਨੋਟ ਕਰੀਏ ਗੱਲ ਜਦੋਂ ਕੋਈ بارش ਹੋ ਗਈ ਤਾਂ ਤਲਕਣ ਇਹਦੇ ਬਣੀ ਹੁੰਦੀ ਹੈ ਤਲਕਣ ਹੁੰਦੀ ਹੈ ਬਈ ਉਧਰੋਂ ਕੋਈ ਜਦੋਂ ਆਪਣੇ ਸਰਦੀਆਂ ਹੁੰਦੀਆਂ ਜਾਂਦੇ ਜ਼ੋਰਾਂ ਤੇ ਪੂਰੀ ਪੋਹ ਮਾਗਦਾ ਮਹੀਨਾ ਧੁੰਦ ਪੈਂਦੀ ਹੈ ਟਰੇਲ ਡਿੱਗਦੀ ਹੈ ਉਦੋਂ ਤੁਸੀਂ ਦੇਖੋ ਮੀਂਹ ਟਾਈਪ ਇਹਦੇ ਉੱਤੇ ਮਤਲਬ ਤਲਕਣ ਹੋ ਜਾਂਦੀ ਹੈ ਠੀਕ ਆ ਬਈ ਫਿਰ ਉਹ ਜਿਹੜਾ ਉਦੋਂ ਬਾਅਦ ਦੇ ਵਿੱਚ ਜਦੋਂ ਆਪਾਂ ਗਰਮੀਆਂ ਆਉਂਦੀਆਂ ਹੈਗੀਆਂ ਠੀਕ ਆ ਬਈ ਜੇਟ ਹਾਰਦੀ ਤਾਂ ਤੇਜ਼ ਹੁੰਦੀ ਹੈ ਜਦੋਂ ਤੋਂ ਆਪ ਪੈਂਦੀ ਹੈ ਉਹ ਇੱਕ ਤਰ੍ਹਾਂ ਸ਼ੀਸ਼ਾ ਬਣ ਜਾਂਦਾ ਜੀ ਉਹ ਰਿਫਲੈਕਟ ਹੋ ਕੇ ਜਿਹੜੀ ਉਹਦੀ ਰੋਸ਼ਨੀ ਹੈ ਜਾਂ ਅੱਖਾਂ ਦੇ ਵਿੱਚ ਆਪਣੇ ਬਾਈ ਜੀ ਤੁਸੀਂ ਦੇਖੋ ਕੋਈ ਨੋਟ ਕਰੋ ਗੱਲ ਚਾਹੁੰਦੇ ਸੀਗੇ ਫਿਰ ਇੱਕ ਵਾਰੀ ਮੈਂ ਮਾਰਬਲ ਗਿਆ ਆਪਣੇ ਆਮ ਹੀ ਮਾਰਬਲਾਂ ਤੇ ਮਿਲਦਾ ਹੈ ਠੀਕ ਆ ਬਈ ਇਹ ਰੈੱਡ ਕਲਰ ਹਾਂਜੀ ਇਹ ਉਦੋਂ ਪਹਿਲਾਂ ਅਸੀਂ ਦੇਖਿਆ ਸੀ ਜਦੋਂ ਇਹਦੇ ਮਤਲਬ ਆਈਡੀਆ ਅਸੀਂ ਕਿੱਥੋਂ ਆਇਆ ਆਈਡੀਆ ਇਹਦਾ ਵੀਰੇ ਸਾਨੂੰ ਰਾਜਸਥਾਨ ਦੇ ਵਿੱਚੋਂ ਆਇਆ ਠੀਕ ਹੈ ਜੀ ਅਸੀਂ ਜਾਂ ਆਪਣੇ ਕੋਲੇ ਨਾ ਤੁਹਾਨੂੰ ਨਾਲ ਆਪਣਾ ਕਮਾਈ ਦਾ ਕੰਮ ਵੀ ਹੈ ਠੀਕ ਹੈ ਭਾਈ ਅਸੀਂ ਉਸ ਸਿੰਸਲੇ ਦੇ ਵਿੱਚ ਬਾਹਰ ਜਾਂਦੇ ਸੀਗੇ ਜੀ ਰਾਜਸਥਾਨ ਗਏ ਵੀ ਫਸਲ ਵਟਣ ਵਾਸਤੇ ਉੱਥੇ ਅਸੀਂ ਦੇਖਿਆ ਇਹਨੂੰ ਠੀਕ ਹੈ ਭਾਈ ਅਸੀਂ ਦੇਖਿਆ ਜਰ ਵੀ ਇਹਦੀ ਕੋਈ ਇਹ ਜੇਠਾੜ ਦੇ ਮਹੀਨਾ ਵਿੱਚ ਰੈਕਟ ਨਹੀਂ ਕਰਦਾ ਠੀਕ ਹੈ ਭਾਈ ਉਹ ਮਾਗਦੇ ਮਹੀਨੇ ਤੇ ਧੱਕਣ ਨਹੀਂ ਹੁੰਦੀ ਠੀਕ ਹੈ ਭਾਈ ਉਹੀ ਸਿਸਟਮ ਹੈ ਦਾ ਤੇ ਸਾਨੂੰ ਤਾਂ ਲੱਗਿਆ ਬਹੁਤ ਵਧੀਆ ਠੀਕ ਆ ਬਈ ਜਿਵੇਂ ਪਹਿਲਾਂ ਟਾਇਲਾਂ ਵਗੈਰਾ ਲਾਉਂਦੇ ਸੀ ਲੋਕ ਹਾਂਜੀ ਹਾਂਜੀ ਉਸ ਤਰ੍ਹਾਂ ਦਾ ਆ ਗਿਆ ਜੀ ਹਾਂ ਇਹ ਉਸੇ ਤਰ੍ਹਾਂ ਦਾ ਹੈ ਹਾਂ ਦੇਖੋ ਨਾਲ ਦਾ ਇੱਕ ਤਰ੍ਹਾਂ ਦਾ ਹੈ ਹੈ ਵੀ ਠੰਡਾ ਹਾਂਜੀ ਠੰਡਾ ਹੈ ਇਹਦੀ ਤਸਵੀਰ ਹੀ ਠੰਡੀ ਹੈ ਤਸਵੀਰ ਠੰਡੀ ਹੈ ਹਾਂਜੀ 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 ਤੇ ਜੇ ਆਪਾਂ ਖੁੱਲੇ ਥਾਂ ਤੇ ਜਾਂ ਛੱਤ ਤੇ ਵੀ ਇਹਨੂੰ ਲਾ ਸਕਦੇ ਹਾਂ ਹਾਂਜੀ ਹਾਂਜੀ ਇੱਕ ਇਹਦੇ ਵਿੱਚ ਹੋਰ ਵੀ ਇਹ ਵੀਰੇ ਜੇ ਇਹਨੂੰ ਇਸ ਤੋਂ ਵੀ ਸੋਹਣਾ ਬਣਾਉਣਾ ਆਪਾਂ ਹੋਰ ਵੀ ਬਣ ਜਾਂਦਾ ਹੈ ਠੀਕ ਆ ਬਈ ਇਹਦੇ ਵਿੱਚ ਹੁਣ ਚਲੋ ਮੇਰਾ ਤਾਂ 2x2.5 ਦਾ ਪੀਸ ਲਵਾ ਲਿਆ ਮੈਂ ਤਾਂ ਠੀਕ ਆ ਬਈ ਜੇ ਆਪਾਂ ਇਹਨੂੰ 2x2 ਦਾ ਸਕ ਠੀਕ ਹੈ ਬਰਾਬਰ ਹਾਂਜੀ ਇਹਦੇ ਵਿੱਚ ਜਿਵੇਂ ਆਪਾਂ ਨਹੀਂ ਦੇਖਦੇ ਆਂ ਅੱਜਕੱਲ ਟਾਈਲ ਬਲੈਕ ਐਂਡ ਵਾਈਟ ਲੱਗ ਜਾਂਦੀ ਆ ਹਾਂਜੀ ਇਹ ਵੀ ਇਹਦੇ ਵਿੱਚ ਵੀ ਵਾਈਟ ਜਾ ਆਉਂਦਾ ਠੀਕ ਹੈ ਜੀ ਹਾਂਜੀ ਬਈ ਉਹਦੇ ਨਾਲ ਆਪਾਂ ਕਲਰ ਦੇ ਸਕਦੇ ਹਾਂਜੀ ਇਹਦੇ ਵਿੱਚ ਤੁਹਾਨੂੰ ਦਿਖਾਉਣਾ ਸ਼ਿੰਭ ਜਿੱਕੋ ਦੋ ਜਿਵੇਂ ਇਸ ਤਰ੍ਹਾਂ ਇੱਧਰ ਆ ਜਾਓ ਆ ਗਿਆ ਹਣਾ ਜੀ ਹਾਂਜੀ ਆ ਆ ਗਏ ਇਹ ਹੁਣ ਲਾਲ ਦੇ ਵਿੱਚ ਇਸ ਤਰ੍ਹਾਂ ਦਾ ਹੀ ਮਿਲਦਾ ਹੈਗਾ ਠੀਕ ਹੈ ਠੀਕ ਹੈ ਤੇ ਇਸ ਤਰ੍ਹਾਂ ਦਾ ਪੀਸ ਲਿੱਟਾ ਜਾਵੇ ਇੱਕ ਇੱਕ ਉਹ ਲਾ ਲਓ ਇੱਕ ਉਹ ਲਾ ਲਓ ਥੋੜਾ ਜਿਹਾ ਇਸ ਤਰ੍ਹਾਂ ਦਾ ਹੈਗਾ ਵੀ ਉਹ ਸ਼ਾਇਦ ਉਹਦੇ ਕੋਈ ਆਪਣੇ ਦਾਗਤ ਬਤਾ ਸਕਦਾ ਮੇਰੇ ਮਨ ਮੈਂ ਸੋਚਦਾ ਹਾਂ ਹਾਂ ਪਰ ਲੁੱਕ ਇਹਦੀ ਜ਼ਿਆਦਾ ਵਧੀਆ ਹੁੰਦੀ ਹੈ ਜੀ ਉਹ ਫਿਰ ਜਿਵੇਂ ਉਸ ਤਰ੍ਹਾਂ ਦੀ ਲੁੱਕ ਆਈ ਜਿਵੇਂ ਬਲੈਕ ਐਂਡ ਵਾਈਟ ਤੇ ਆਹ ਰੈੱਡ ਐਂਡ ਵਾਈਟ ਚੱਲ ਰਿਹਾ ਰੈੱਡ ਐਂਡ ਵਾਈਟ ਹਾਂਜੀ ਬਹੁਤ ਵਧੀਆ ਬਈ ਤੁਸੀਂ ਬਹੁਤ ਜਾਣਕਾਰੀ ਵਾਲੀ ਚੀਜ਼ ਦਿੱਤੀ ਹੈ ਹਾਂਜੀ ਤੇ ਇਹ ਬਈ ਆਪਣਾ ਆ ਗਿਆ ਹਨਾ ਮੇਨ ਮਤਲਬ ਜੋ ਹਜੇ ਥੋੜਾ ਮੋਟਾ ਕੰਮ ਰਹਿੰਦਾ ਹਾਂਜੀ ਹਾਂਜੀ ਸਾਰਾ ਜਿਵੇਂ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਆ ਗਿਆ ਹਾਂਜੀ 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 ਇਹ ਇਹ ਵਾਲਾ ਹਨਾ ਬਈ ਆਪਾਂ ਹਟਾਇਆ ਹਨਾ ਇਹ ਹਾਂਜੀ ਇਹ ਉਧਰ ਉਧਰ ਛੋਟੇ ਭਾਈ ਵਾਲੇ ਪਾਸੇ ਉਥੋਂ ਕੱਢਤਾ ਜੀ ਠੀਕ ਆ ਬਈ ਹਾਂਜੀ ਇਹ ਉਥੋਂ ਕੱਢ ਇਸ ਜਗ੍ਹਾ ਦੇ ਵਿੱਚ ਤੇ ਇੱਕ ਉੱਥੋਂ ਦੱਸਿਆ ਸੀ ਜਿਵੇਂ ਇਹਨਾਂ ਨੇ ਇੱਕ ਆਹ ਚੀਜ਼ ਇੱਥੋਂ ਚੱਕਤੀ ਸੀ। ਹਾਂ ਇੱਥੋਂ ਚੱਕ ਕੇ ਉਹ ਛੋੜੀ ਛੋੜੀਆਂ ਤਿੰਨ ਮਿੰਨਾਂ ਲਾ ਕੇ ਹਾਂ ਜੀ। ਤੇ ਜਾਂ ਤੁਹਾਨੂੰ ਦੱਸਿਆ ਇੱਕ ਇਹ ਤਾਂ ਪਲਾਸਟਰ ਹੈ ਉਹ ਬਿਨਾ ਪਲਾਸਟਰ ਤੋਂ ਲਾਇਆ ਬਸ ਆਹ ਰੀਟ ਉਧਰ। ਠੀਕ ਹੈ ਭਾਈ। ਤੇ ਇੱਕ ਉਹ ਉਹ ਪੌੜੀ ਬਾਹਰ ਕੱਢ ਲਈ ਸੀ ਇਹਨੂੰ ਉੱਪਰ ਲਈ। ਠੀਕ ਹੈ ਭਾਈ। ਬਸ ਆਹ ਛੋੜੀਆਂ ਛੋੜੀਆਂ ਚੀਜ਼ਾਂ ਚੇਂਜ ਕਰੀਆਂ ਇਹਦੇ ਵਿੱਚ। ਛੋਟੇ ਛੋਟੇ ਹਾਂ। ਬਾਕੀ ਆਹ ਜੀ ਇੱਟ ਸਾਰਾ ਹਾਂ ਜੀ ਹਾਂ ਜੀ ਹਾਂ ਜੀ। ਤੇ ਭਾਈ ਇੱਟ ਤੁਸੀਂ ਕਿੰਨੇ ਦੀ ਕਿੰਨੀ ਕਿੱਟ ਲੱਗੀ ਤੇ ਕਿਹੜੀ ਇੱਟ ਵਰਤੀ ਸੀ ਭਾਈ ਇਟ ਐਵਰੇਜ ਜਿਵੇਂ ਆ ਤੁਸੀਂ ਲਾ ਲਓ ਇੱਥੇ ਤਾਂ ਹੁਣ ਅਸੀਂ ਜ਼ਿਆਦਾਤਰ ਪਲਸਟਰ ਵਾਲੀ ਵਰਤੀ ਹੈ ਹੈਨਾ ਇਹਦੇ ਤਾਂ ਆਪਾਂ ਨੂੰ ਇਟ ਜ਼ਿਆਦਾ ਮੇਨ ਦਾ ਪਿਲਰਾਂ ਨੇ ਇਟ ਖਾਦੀ ਹੈ ਠੀਕ ਹੈ ਬਈ ਇਹਦੇ ਤਾਂ ਇਹਦੇ ਤਾਂ ਥੋੜੇ ਥੋੜੀ ਗਿਣਤੀ ਹੈ ਕੋਈ 7 8 10 ਹਜ਼ਾਰ ਇਟ ਮਤਲਬ 7 8000 ਹੀ ਲੱਗੀ ਹੋਣੀ ਹੈ ਹੁਣ ਪਰ ਉਹ ਪ੍ਰੋਪਰ ਮੈਂ ਤੁਹਾਨੂੰ ਐਵੇਂ ਕਹਦਾ ਮੈਨੂੰ ਪੂਰਾ ਆਪਾਂ ਯਾਦ ਵੀ ਨਹੀਂਗਾ ਤੇ ਇਟ ਅਸੀਂ ਜਿਹੜੀ ਉਹ ਆਪਣੀ ਬਿਜਲੀ ਵਾਲੀ ਆਉਂਦੀ ਹੈ ਹੈਨਾ ਹਾਂਜੀ ਹਾਂਜੀ ਉਹ ਵਰਤੀ ਵੀ ਹੈ ਹਾਂਜੀ ਠੀਕ ਹੈ ਬਈ ਮਿਸਤਰੀ ਕੌਣ ਸੀ ਬਈ ਮਿਸਤਰੀ ਦੇ ਸਾਡੇ ਪਿੰਡੋਂ ਹੀ ਸੀ ਮੁੰਡਾ ਠੀਕ ਹੈ ਜੀ ਛੋਟੀ ਉਮਰ ਦਾ ਮਿਸਤਰੀ ਹੈ ਸ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਕਿੰਨੇ ਰੂਮ ਆ ਗਏ ਭਾਈ ਇੱਕ ਵਾਰ ਆਪਾਂ ਦਰਸ਼ਕਾਂ ਨੂੰ ਥੋੜਾ ਜਿਹਾ ਇੱਥੋਂ ਨਾ ਓਵਰਵਿਊ ਦਿਖਾ ਦਈਏ ਤੇ ਕਿਸੇ ਵੀਰ ਨੇ ਪਉਣਾ ਹੁੰਦਾਗਾ ਹਾਂਜੀ ਇਹਦੇ ਵਿੱਚ ਵੀਰੇ ਦੋ ਤਾਂ ਬੈਡਰੂਮ ਹੈ ਨੀਚੇ ਗਰਾਊਂਡ ਫਲੋਰ ਤੇ ਠੀਕ ਹੈ ਜੀ ਇੱਕ ਸਟੋਰ ਤੇ ਇੱਕ ਬਾਥਰੂਮ ਠੀਕ ਹੈ ਤੇ ਇੱਕ ਇਧਰ ਆਪਾਂ ਡਰਾਈਂਗ ਰੂਮ ਬਣਾਇਆ ਹੋਇਆ ਤੇ ਇਧਰਲੀ ਸਾਈਡ ਤੇ ਰਸੋਈ ਆ ਰਹੀ ਹੈ ਰਸੋਈ ਆ ਗਈ ਅੰਦਰੋਂ ਆਪਾਂ ਲੁੱਕ ਜਿਵੇਂ ਮਤਲ ਅੱਜਕੱਲ੍ਹ ਹੈਗੀ ਓਵੇਂ ਰੱਖੇ ਪਾ ਲਾ ਹਾਂਜੀ ਅੰਦਰੋਂ ਦੋ ਸਟਰੀਆਂ ਹੀ ਸੀ ਠੀਕ ਹੈ ਹਾਂਜੀ ਤੇ ਭਾਈ ਇਹ ਇਟ ਨਾਲ ਕੋਈ ਸੁਲਾਬ ਸੁਲੂਬ ਦਾ ਜਿਹਾ ਸ਼ੋਰੇ ਦੇ ਨਾ ਜੀ ਹਾਂ ਜੀ ਨੂੰ ਮਤਲਬ ਨੇੜੇ ਵੀ ਨਹੀਂ ਕੁਸਾ ਠੀਕ ਹੈ ਜੀ ਹਾਂ ਜੀ ਇਹਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਕਿਉਂ ਇਹ ਆਮ ਇਟ ਵਾਂਗੂ ਨਹੀਂ ਤਿਆਰ ਹੁੰਦੀ ਜਦੋਂ ਇਹਦੀ ਕਟਿੰਗ ਹੁੰਦੀ ਹੈ ਇਹ ਕਟਿੰਗ ਇੱਕ ਪ੍ਰੋਪਰ ਤਾਰਾਂ ਨਾਲ ਕਰਦੇ ਆ ਅਸੀਂ ਪੱਠੇ ਤੇ ਜਾ ਕੇ ਖੁਦ ਜਾ ਕੇ ਮੈਂ ਦੇਖ ਕਹਾਣੀ ਹਾਂ ਜੀ ਹਾਂ ਜੀ ਠੀਕ ਹੈ ਕਲਾਸ਼ ਨਾਲ ਕਲਾਸ਼ ਆ ਲੈਂਦੇ ਠੀਕ ਹੈ ਹਾਂ ਜੀ ਤੇ ਉਹਨਾਂ ਕੋਲ ਜਾ ਕੇ ਆਇਆ ਸੀ ਉਹ ਮੁੰਡਾ ਬਹੁਤ ਵਧੀਆ ਮਤਲਬ ਬਾਹਰੋਂ ਪੜ੍ਹ ਲਿਖ ਕੇ ਉਨੇ ਕੰਮ ਸਟਾਰਟ ਕਰਿਆ ਸੀਗਾ ਮਤਲਬ ਉਹਨਾਂ ਦਾ ਕੰਮ ਤਾਂ ਪੁਰਾਣਾ ਸੀਗਾ ਮਤਲਬ ਇਹ ਬਿਜਲੀ ਵਾਲੀ ਲਾਈਨ ਦੇ ਵਿੱਚ ਆਦੇ ਡੈਡੀ ਨੂੰ ਅੱਗੇ ਉਹਨੇ ਸਪੋਰਟ ਕਰੀ ਠੀਕ ਆ ਬਾਈ ਹਾਂਜੀ ਹਾਂਜੀ ਜਿਹੜਾ ਨੀਹਾਂ ਤੋਂ ਲੈ ਕੇ ਦਾ ਸਾਰਾ ਸੇਮ ਟੂ ਸੇਮ ਹੈ ਹਾਂ ਸਟਰਕਚਰ ਸੇਮ ਹੈ ਪਰ ਜਿੱਥੇ ਤੁਹਾਨੂੰ ਲੱਗੇ ਵਿੱਚ ਆ ਚੀਜ਼ਾਂ ਪਚੇਂਜ ਕਰਕੇ ਦੇਖਿਓ ਕਰੀ ਐ ਉਹ ਐਵੇਂ ਸੀਗਾ ਜੀ ਜਦੋਂ ਅਸੀਂ ਇਹਨੂੰ ਸਟਾਰਟ ਕਰਿਆ ਹਾਂਜੀ ਉਦੋਂ ਅਸੀਂ ਮੰਨ ਲਓ ਨਵੇਂ ਸੀਗੇ ਨਹੀਂ ਉਦੋਂ ਇੰਨਾ ਮਟੀਰੀਅਲ ਬਾਹਰ ਦੇਖਣ ਨੂੰ ਮਿਲਦਾ ਸੀਗਾ ਠੀਕ ਚਲੋ ਜਿੰਨਾ ਕਿ ਸਾਨੂੰ ਸਰਚ ਸਾਥੋਂ ਹੋਈ ਐ ਅਸੀਂ ਕਰੀ ਤੇ ਅਸੀਂ ਆਦੀ ਤੌਰ ਤੇ ਜਾਂਦੇ ਆਉਂਦੇ ਰਹੇ ਬਾਕੀ ਜਿਹੜਾ ਆਰਕੀਟੈਕਚਰ ਸੀਗੇ ਆਪਣੇ ਉਹ ਵਧੀਆ ਸੁਭਾਅ ਦੇ ਵਧੀਆ ਮਤਲਬ ਆਪਾਂ ਨੂੰ ਨੌਲੇਜ ਵਾਲੇ ਬੰਦੇ ਸੀਗੇ ਉਹਨਾਂ ਕੋਲ ਜਦੋਂ ਗਏ ਉਹਨਾਂ ਨੇ ਸਾਨੂੰ رائے ਦਿੱਤੀ ਤੇ ਅਸੀਂ ਜ਼ਿਆਦਾ ਇਹਦਾ ਉਹਦੇ ਮੁਤਾਬਕ ਹੀ ਕਰੀ ਉਹਨਾਂ ਮੁਤਾਬਕ ਹੀ ਫਿਰ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਐ ਲਾ ਲੋ ਵੀ ਆਪਾਂ ਉਹ ਆਪਾਂ ਕੰਮ ਕਰ ਲਿਆ ਆਪਣਾ ਥੋੜਾ ਐਕਸਪੀਰੀਅੰਸ ਆ ਹੋ ਜਾਂਦਾ ਲੱਗਣਾ ਹੈ ਜੇ ਸਾਨੂੰ ਐਕਸਪੀਰੀਅੰਸ ਹੋ ਜਾ ਉਹ ਤੋਂ ਬਾਅਦ ਵਿੱਚ ਇਧਰਲਾ ਸਟਾਰਟ ਕਰਿਆ ਇਹ ਇਧਰ ਛੋੜਿਆ ਭਾਈ ਸਾਹਿਬ ਦੀ ਹੈ ਤੇ ਇਹ ਕਹਿੰਦਾ ਵੀ ਫਿਰ ਅਸੀਂ ਇਹ ਚੀਜ਼ਾਂ ਕਰਨੀਆਂ। ਭਾਈ ਜਿਵੇਂ ਰਜਿੰਦਰ ਨੇ ਦੱਸਿਆ ਤੇ ਤੁਸੀਂ ਫਿਰ ਹੁਣ ਜਦੋਂ ਇਹ ਬਣਾਉਣ ਲੱਗੇ ਫਿਰ ਤੁਹਾਡਾ ਨਹੀਂ ਆਈ ਆਈਆ ਵੀ ਅਪਾ ਨਵੇਂ ਲੁੱਕ ਦੀ ਬਣਾਲੀਏ ਪੁਰਾਣੇ ਲੁੱਕ ਵਾਲੀ ਤਾਂ ਆਪਾਂ ਬਣਾਈ ਲਈ ਪਹਿਲਾਂ। ਹਾਂਜੀ। ਇਹਦੇ ਵਿੱਚ ਬਸ ਮੰਨ ਲਓ ਉਹਦੇ ਨਾਲੋਂ ਥੋੜਾ ਡਿਫਰੈਂਟ ਅਸੀਂ ਕੀਤਾ ਹੋਇਆ ਹੈ ਮਕਾਨ 'ਚ। ਠੀਕ ਹੈ। ਹਾਂਜੀ। ਪਰ ਰੱਖੀ ਪਰਾਤ ਨਹੀਂ ਆਪਾਂ। ਹਾਂ ਰੱਖੀ ਸਾਰੀ ਪਰਾਤ ਨਹੀਂ ਹੈ। ਬਸ ਉਧਰ ਵੱਡੇ ਭਾਈ ਨੇ ਆਪਣੇ ਉਹਨੇ ਪਲਾਸਟਰ ਸੀ ਜੀ। ਹਾਂਜੀ ਪਲਾਸਟਰ ਕਰ ਲਿਆ ਆਪਾਂ ਬਿਨਾ ਪਲਾਸਟਰ ਵਾਲੀ ਇੱਟ ਵਗੈਰਾ ਲਾ ਲਈ। ਠੀਕ ਆ ਬਈ ਥੋੜਾ ਜਿਹਾ ਮੰਨ ਲਓ ਡਾੜ ਦੇ ਉੱਪਰ ਜਿਹੜਾ ਇਹ ਚੇਂजेस ਕਰ ਲਿਆ ਠੀਕ ਆ ਆ ਉੱਪਰ ਜਿਵੇਂ ਉਧਰ ਲੱਗੇ ਹੋਣੇ ਆ ਆਪਾਂ ਨੂੰ ਪੱਥਰ ਜਾ ਕੇ ਹਨਾ ਹਾਂਜੀ ਹਾਂਜੀ ਠੀਕ ਆ ਬਈ ਇਹ ਥੋੜਾ ਜਿਹਾ ਡਿਫਰੈਂਟ ਕਰ ਲਿਆ ਤੇ ਚਰੋਖੇ ਵਾਲਾ ਵੀ ਚੇਂਜ ਕਰਤਾ ਆਪਾਂ ਥੋੜਾ ਹਾਂਜੀ 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 ਠੀਕ ਆ ਬਈ ਬਾਕੀ ਜਿਵੇਂ ਮੰਨ ਲਓ ਅੱਜ ਕੱਲ ਟ੍ਰੈਂਡ ਹੈ ਅਗਲਾ ਹਰੇਕ ਹੀ ਹੋਣਾ ਮੰਨ ਲਓ ਮਾਡਰਨ ਮਾਡਰਨ ਵਾਲੇ ਜਾਂਦਾ ਜਾਂਦਾ ਹਾਂਜੀ ਹਾਂਜੀ ਜੀ ਤੇ ਉਸ ਤੋਂ ਬਾਅਦ ਜਿਵੇਂ ਮੈਂ ਮੰਨ ਲਓ ਦੇਖੀ ਇਹਨੇ ਆਪਾਂ ਆਸੇ ਪਾਸੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਉਵੇਂ ਹੀ ਪਤਾ ਲੱਗ ਜਾਂ ਮਤਲਬ ਜਦੋਂ ਆਪ ਕੋ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇੱਕ ਦੋ ਜਿਵੇਂ ਦੇਖ ਲਈ ਆਲੇ ਦੁਆਲੇ ਜੇ ਕੋਈ ਪਹਿਲਾਂ ਬਣਦੀ ਹੁੰਦੀ ਹੈ ਨਾ ਹਾਂਜੀ ਹਾਂਜੀ ਤੇ ਭਾਈ ਕਿੰਨੇ ਕਮਰੇ ਆ ਗਏ ਭਾਈ ਇਹ ਚ ਆਪਣੇ ਇਹਦੇ ਵਿੱਚ ਦੋ ਬੈਡਰੂਮ ਆ ਗਏ نیچے ਤੇ ਇੱਕ ਸਟੋਰ ਆ ਗਿਆ ਠੀਕ ਆ ਬਈ ਡਰੈਗ ਰੂਮ ਠੀਕ ਆ ਭਾਈ ਤੇ ਸਟੱਡੀ ਰੂਮ ਤੇ ਬਾਥਰੂਮ ਠੀਕ ਆ ਭਾਈ ਤੇ ਉੱਪਰ ਭਾਈ ਉੱਪਰ ਬਸ ਇਹ ਦੋ ਬੈਡਰੂਮ ਆ ਤੇ ਲੌਬੀ ਖੁੱਲਿਆ ਲੌਬੀ ਤੇ ਬੈੱਡ ਹਾਂ ਬਾਥਰੂਮ ਠੀਕ ਆ ਭਾਈ ਹਾਂਜੀ ਤੇ ਆਜੋ ਇਧਰੋ ਬਾਈ ਹੁਣਾਂ ਨਾ ਪਸ਼ੂ ਵਾਲਾ ਵੀ ਬਹੁਤ ਵਧੀਆ ਰੱਖਿਆ ਹੋਇਆ ਤੇ ਬਾਈ ਦੇਣਗੇ ਜਾਣਕਾਰੀ ਇਹ ਬਾਈ ਇਹਦੇ ਬਾਰੇ ਵੀ ਦੱਸੋ ਇਧਰ ਪਸ਼ੂ ਆਉਂਦਾ ਤੇ ਟਰੈਕਟਰ ਵਾਲਾ ਆ ਗਿਆ ਸਾਰਾ ਹਾਂਜੀ 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 ਇਹ ਸਾਰਾ ਪਸ਼ੂਵਾਂ ਆ ਗਏ ਜੀ ਇਧਰ ਠੀਕ ਹੈ ਨਾਲ ਇਹ ਤੁਸੀਂ ਉੱਪਰੋਂ ਵੀ ਮਲਾ ਕੱਚਾ ਰੱਖਿਆ ਪਰ ਦੇਖ ਰਹੇ ਸੀ ਹਨ ਹਾਂਜੀ ਹਾਂਜੀ ਉੱਪਰੋਂ ਠੰਡਾ ਰਹਿੰਦਾ ਵਧੀਆ ਹਾਂਜੀ 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 ਠੀਕ ਹੈ ਬਾਈ ਫਰਸਟ ਫਲੋਰ ਤੇ ਆ ਗਏ ਜੀ ਤੇ ਬਾਈ ਤੁਹ ਜਾਣਦੇ ਇੱਥੇ ਵੀ ਹਾਂਜੀ ਬਈ ਅਸੀਂ ਉਹ ਦੂਜੀ ਦੂਜੇ ਪਾਸੇ ਨਾਲੋਂ ਇਹਦੇ ਵਿੱਚ ਜਿਹੜੀ ਇੱਕ ਚੇਂਜ ਕਰੀ ਐ ਛੋਟੀਆਂ-ਛੋਟੀਆਂ ਦੋ ਐ ਇੱਕ ਤਾਂ ਉਹ 11 ਫੀਟ ਚ ਰੁੱਖਾ ਜਾ ਬਦਲ ਕੇ ਇਹਨਾਂ ਨੇ ਹਾਂਜੀ ਹਾਂ ਬਈ ਉਧਰੋਂ ਦੀਨਾਂ ਹਾਂਜੀ ਬਈ ਹਾਂਜੀ ਉਹ ਅੱਗੋਂ ਦੀਨਾਂ ਹੈ ਹਨਾ ਨੀਚੇ ਕਰਕੇ ਇੱਕ ਸਾਨੂੰ ਇਹ ਲੱਗਿਆ ਅਸੀਂ ਜਿਹੜਾ ਇੱਧਰ ਉੱਪਰ ਜਦੋਂ ਆਪਾਂ ਆਉਣੇ ਆ ਬੇੜਾ ਆਪਣਾ ਰੱਖਿਆ ਵਾ ਹਾਂਜੀ ਬਈ ਜਿਹੜੇ ਉੱਪਰਲੇ ਗੇਟ ਆ ਜਾਂ ਕਿਤੇ ਗੇਟ ਨੀਚੇ ਵੀ ਐ ਜਾਂ ਉੱਪਰ ਵੀ ਐ ਸਾਨੂੰ ਉੱਥੇਾਂ ਜੇ ਲੱਗਿਆ ਵੀ ਜਿਹੜੀਆਂ ਜੋੜੀਆਂ ਹੁੰਦੀਆਂ ਆਪਣੀਆਂ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕੋਸਟਲੀ ਕੰਮ ਹੈ ਹਾਂਜੀ ਤੇ ਇਹ ਧੁੱਪ ਦਾ ਪਨਾਲਾ ਜਾਂ ਇਹ ਖਰਾਬ ਹੋਊਂ ਵੀ ਕਿਸੇ ਇਹਨੂੰ ਬਚਾਈ ਆਪਾਂ ਖਰਾਬ ਹੋਣ ਤੋਂ ਠੀਕ ਹੈ ਜੀ ਸੋਚਿਆ ਵੀ ਕਿਉਂ ਨਾ ਆ ਇੱਕ ਬ੍ਰਾਂਡੇਡ ਐਪ ਇੱਕ ਸੋਹਣਾ ਲੱਗਦਾ ਵੀ ਐ ਤੇ ਉਹ ਬਿਜੂੜੀ ਵੀ ਬਚਦਾ ਬਾਕੀ ਆਪ ਦਾ ਖੇਤ ਆਲੇ ਨਾਲੇ ਹੈ ਨਾ ਇੱਥੇ ਬੈਠੇ ਆ ਠੀਕ ਹੈ ਬੈਠ ਕੇ ਹਵਾ ਵੀ ਦੇਖੋ ਤੁਹਾਨੂੰ ਪਤਾ ਹੈ ਨਾ ਕਿੰਨੀ ਵਧੀਆ ਲੱਗਦੀ ਹੈ ਆਪਾਂ ਨੂੰ ਹਾਂਜੀ ਬਈ ਤੇ ਵੀ ਇਹ ਕਰਨ ਦਾ ਕੋਸ਼ਿਸ਼ ਕੀਤੀ ਆਪਾਂ ਨੇ ਇਸ ਤਰ੍ਹਾਂ ਆ ਛੋਟਾ ਜਿਹਾ ਬ੍ਰਾਂਡਾ ਬਣਾਇਆ ਇੱਕ ਪੌੜੀ ਅਸੀਂ ਇਧਰੋਂ ਬਾਹਰ ਕੱਢੀ ਆ ਪੌੜੀ ਵੀ ਤੁਸੀਂ ਜਿਵੇਂ ਨਾ ਅੱਜਕੱਲ੍ਹ ਕਿਹਦੇ ਮੋਟਰਾਂ ਦਾ ਨਹੀਂ ਗੋਲਜੀ ਬਣਾ ਲਿਆ ਪਾਣੀ ਨਿਕਲ ਉਹ ਮੈਂ ਬਣਾਈ ਹੈ ਹਨ ਤੇ ਪੌੜੀ ਦੇ ਵਿੱਚ ਸਾਨੂੰ ਇਹ ਲੱਗਿਆ ਵੀ ਚਲੋ ਅੰਦਰਲਾ ਸਿਸਟਮ ਸੱਡ ਕੇ ਆ ਦੇਖੋ ਪਾਵੇ ਪੂਵੇ ਤੁਹਾਨੂੰ ਦੇਖਦੇ ਹੋਣਾ ਬੇਸ ਇਸ ਤਰ੍ਹਾਂ ਲਾਇਆ ਤੇ ਜਿਹੜਾ ਇੱਟਾਂ ਨਾਲ ਤੁਹਾਨੂੰ ਦੱਸ ਹੀ ਦਿੱਤਾ ਮੇਨ ਵੀ ਉਹ ਪਲਸਤਰ ਟਾਈਪ ਆ ਸਾਰੀ ਆਪਾਂ ਬਗੈਰ ਪਲਸਤਰ ਤੋਂ ਬਗੈਰ ਪਲਸਤਰ ਤੋਂ ਕੀਤਾ ਬਈ 1 ਵਜੇ ਨਾ ਵਰਸ਼ ਕੇ ਬਹੁਤ ਜਾਣਨਾ ਚਾਹੁੰਦੇ ਹੁੰਦੇ ਨੇ ਜਿਵੇਂ ਆਪਣੀ ਜਾਲੀ ਆ ਗਈ ਤੇ ਜੇ ਪਾ ਦਿਆਂ ਆਪਾਂ ਇਹਦੇ ਬਾਰੇ ਦੋਨੋਂ ਵਾਰੀ ਜਾਣਕਾਰੀ ਦੇਈ ਹੈ ਆਪਾਂ ਦਰਸ਼ਕਾਂ ਨੂੰ ਜਦੋਂ ਮੰਨ ਲਓ ਮੈਨੂੰ ਵੀ ਪ੍ਰੋਬਲਮ ਬਹੁਤ ਆਈ ਜਦੋਂ 217 ਦੇ ਵਿੱਚ ਸਟਾਰਟ ਕਰ ਰਹੇ ਹਾਂ ਨਾ ਮਕਾਨ ਜੀ ਤੇ ਅਸੀਂ ਵੀ ਜਦੋਂ ਸਾਰਾ ਕੰਮ ਕਰ ਲਿਆ ਉੱਪਰ ਜਾਏ ਜਦੋਂ ਪਰਦੀ ਦੇ ਨੇੜੇ ਤੇ ਪਹੁੰਚੇ ਕੰਮ ਕਰਨ ਤੇ ਆਪਾਂ ਨੂੰ ਲੋੜ ਪਈ ਵੀ ਆਪਾਂ ਨੂੰ ਪਰਦੀ ਦੇ ਵਿੱਚ ਜਾਲੀ ਚਾਹੀਦੀ ਹੈ ਚਾਹੀਦੀ ਅਸੀਂ ਸਰਚ ਕਰਨ ਲੱਗੇ ਕਾਫੀ ਘੁੰਮੇ ਘਮਾਏ ਠੀਕ ਹੈ ਭਾਈ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਅਸੀਂ ਘੁੰਮਦੇ ਘਮਾਉਂਦੇ ਤੇ ਇੱਧਰ ਉੱਧਰ ਪੁੱਛਦੇ ਕਿਸੇ ਦੇ ਮਤਲਬ ਜਿੱਥੇ ਜਿੱਥੋਂ ਡੀਲ ਇਕੱਠਾ ਹੁੰਦਾ ਗਿਆ ਜਿਵੇਂ ਜਿਵੇਂ ਤੇ ਅਸੀਂ ਨਾ ਬਾਅਦ ਵਿੱਚ ਇੱਕ ਕਾਰੀਗਰ ਕੋਲੇ ਪਹੁੰਚੇ ਜਦੋਂ ਸੀ ਨਾ ਫਿਰ ਉਹ ਮਿਸਤਰੀ ਕੋਲੇ ਪਹੁੰਚੇ ਸਾਡੀ ਗੱਲਬਾਤ ਹੋਈ ਉਹ ਮਿਸਤਰੀ ਉਧਰ ਰਾਜਸਥਾਨ ਸਾਈਡ ਤੋਂ ਆਏ ਹੋਏ ਆ ਕੋਈ ਬਹੁਤ ਪੁਰਾਣੇ ਤੇ ਉਹ ਗੋਨਿਆਂ ਦੇ ਨਾਲ ਨਹੀਂ ਵਾਲੀ ਆਪਾਂ ਕਹਿ ਦਿੰਨੇ ਆ ਉੱਥੇ ਉਹਨਾਂ ਦਾ ਕੰਮ ਹੈ ਅਸੀਂ ਉਹਨਾਂ ਕੋਲੇ ਗਏ ਸਾਨੂੰ ਉਹ ਕਹਿੰਦੇ ਵੀ ਸਾਡੇ ਕੋਲੇ ਹੁਣ ਫਰਮੇ ਹੁਣ ਤਾਂ ਹੈ ਨਹੀਂ ਕਿਉਂ ਉਦੋਂ ਲੋਕ ਛੱਡ ਚੁੱਕੇ ਸੀ ਇਹਨੂੰ ਭੁਲਾ ਗਏ ਸੀ ਇੱਕ ਤਰ੍ਹਾਂ ਆਪਦੇ ਬਰਸੇ ਤੋਂ ਦੂਰ ਸੀ ਬਹੁਤ ਹਾਂਜੀ ਫਿਰ ਜਦੋਂ ਸਾਨੂੰ ਲੋੜ ਪਈ ਤੇ ਸਾਨੂੰ ਉਹ ਕਹਿੰਦੇ ਵੀ ਤੁਸੀਂ ਕਰ ਸਕਦੇ ਹੋ ਅਸੀਂ ਕਹਾਂ ਹਾਂਜੀ ਕਰਾਂਗੇ ਜਦੋਂ ਵੀ ਆਪਾਂ ਇੱਥੋਂ ਤੱਕ ਲੈ ਆਏ ਸਾਨੂੰ ਨੇ ਫਿਰ ਰੂਤਕ ਦਿੱਤਾ ਐਡਰੈਸ ਠੀਕ ਹੈ ਬਈ ਉੱਥੇ ਆਪਣੇ ਰੋਤਕ ਕਾਰੀਗਰ ਹੈ ਇਹਨਾਂ ਦਾ ਫਰਮਾ ਬਣਾ ਕੇ ਦਿੰਦੇ ਆ ਠੀਕ ਹੈ ਜੀ ਫਿਰ ਰੋਤਕ ਗਿਆ ਉੱਥੇ ਸੈਣੀ ਨਾਂ ਦੇ ਵਿਸ਼ੇਸ਼ ਸੈਣੀ ਹੈ ਠੀਕ ਹੈ ਬਈ ਉਹਨਾਂ ਤੋਂ ਮੈਂ ਫਰਮਾ ਬਣਵਾ ਕੇ ਲਿਆ ਆ ਠੀਕ ਹੈ ਕਿੰਨੇ ਦਾ ਪਿਆ ਬਈ ਫਰਮਾ ਇਹ ਉੱਥੋਂ ਕੋਈ ਫਰਮਾ ਕੋਈ ਜਿਆਦਾ ਕੋਸਟਲੀ ਨਹੀਂ ਸੀ ਫਰਮਾ ਕੁੱਲ 3000 ਰੁਪਏ ਦਾ ਬਣਿਆ ਸੀ ਉਸ ਉਸ ਟਾਈਮ 'ਚ 1.5/2 ਸਾਈਜ਼ ਦਾ 1.5/2 ਸਾਈਜ਼ ਹਾਂਜੀ ਉਹ ਫਰਮੇ ਦੇ ਵਿੱਚ 1.5/2 ਦੀ ਜਾਲੀ ਤਿਆਰ ਹੁੰਦੀ ਸੀ ਮਤਲਬ ਫਿਰ ਨਾਲੇ ਆਪ ਦੀ ਕੁਆਲਿਟੀ ਜਿਹੇ ਦੀ ਮਰਜ਼ੀ ਰੱਖ ਸਕਦੇ ਹਾਂ ਹਾਂਜੀ ਉਹਨਾਂ ਨੇ ਵਧੀਆ ਫਰਮਾ ਬਣਾ ਕੇ ਦਿੱਤਾ ਤੇ ਉਹ ਜਦੋਂ ਇੱਥੇ ਆ ਗਿਆ ਫਿਰ ਕਾਰੀਗਰ ਘਰੇ ਆ ਕੇ ਸਾਡੇ ਇਹ ਬਣਾ ਕੇ ਸੀਗੇ। ਠੀਕ ਹੈ। ਤੇ ਆਹ ਚੀਜ਼ ਵੀ ਉਸ ਤਰ੍ਹਾਂ ਹੀ ਹੈ। ਇਹ ਵੀ ਬਹੁਤ ਸੋਹਣੀ ਲੱਗਦੀ ਹੈ ਦੀ ਲੁੱਕ। ਇਹ ਉਦੋਂ ਬਾਅਦ ਜਦੋਂ ਜਾਲੀ ਤੋਂ ਬਾਅਦ ਉੱਪਰ ਲੋਡ ਪੈਂਦੀ ਹੈ ਜੀ ਟਾਪ ਤੇ। ਹਾਂਜੀ ਬਈ। ਤੇ ਇਹ ਵੀ ਫਿਰ ਉਹਨਾਂ ਨੇ ਬਣਾਤਾ। ਇਹ ਫਰਮਾ ਉਹਨਾਂ ਕੋਲੇ ਸੀਗਾ ਕੁਦਰਤੀ ਪਹਿਲਾਂ ਤੋਂ ਪਿਆ ਸੀਗਾ। ਠੀਕ ਹੈ ਜੀ। ਬਾਕੀ ਹੁਣ ਤਾਂ ਖੈਰੇ ਮਾਰਕੀਟ ਦੇ ਵਿੱਚ ਕਾਫੀ ਅਵੇਲੇਬਲ ਹੈ। ਹਾਂਜੀ ਬਈ। ਹੁਣ ਤਾਂ ਅਸੀਂ ਸੋਨ ਦੇ ਵਿੱਚ ਆਇਆ ਇੱਕ ਦੋ ਮਿੱਤਰ ਪੈਰਾਂ ਨੇ ਆਪਾਂ ਤੋਂ ਵੀ ਪੁੱਛਿਆ ਸੀਗਾ ਪਹਿਲਾਂ ਵੀ ਸਾਨੂੰ ਜਾਲੀ ਚਾਹੀਦੀ ਕਿੱਥੋਂ ਲਈਏ। ਜੀ। ਤੇ ਉਦੋਂ ਬਾਅਦ ਦੇ ਇੱਥੇ ਬਟਾਂਡੇ ਵੀ ਬਣਾ ਰਹੇ ਆ ਬਟਾਂਡੇ ਬਣਾ ਰਹੇ ਹਾਂਜੀ ਬਰਨਾਲੇ ਬਾਈਪਾਸ ਤੇ ਠੀਕ ਆ ਬਈ ਹਾਂਜੀ ਠੀਕ ਆ ਬਈ ਬਹੁਤ ਵਧੀਆ ਲੱਗਾ ਬਈ ਤੁਸੀਂ ਜੋ ਪ੍ਰਾਤਨ ਸਮਾਨ ਵੀ ਬਹੁਤ ਸਾਂਭਿਆ ਹੋਇਆ ਕਰੀ ਉਹਦੇ ਬਾਰੇ ਵੀ ਜਾਣਕਾਰੀ ਦਿਨੇ ਦਰਸ਼ਕਾਂ ਨੂੰ ਬਾਈ ਜੀ ਨਾ ਪ੍ਰਾਤਨ ਕੱਲੀ ਹਵੇਲੀ ਨਹੀਂ ਹੁਣਾਈ ਬਾਹਰੋਂ ਅੰਦਰ ਵੀ ਦਿਲ ਦੇ ਅੰਦਰ ਵੀ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ ਆਪਣੇ ਪ੍ਰਾਤਨ ਜੋ ਆਪਣੇ ਵਿਰਸੇ ਨਾਲ ਜੁੜਿਆ ਹੋਈਆਂ ਬਾਈ ਜੀ ਕੀ ਕੀ ਚੀਜ਼ ਆਪਣੇ ਕੋਲ ਜਿਹੜੀ ਪਈ ਹੈ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੋ ਇੱਕ ਤਾਂ ਜੀ ਤੁਸੀਂ ਨਾਲ ਮੇਰੀ ਪਰਦਾਦੀ ਦਾ ਮੰਜਾਗਾ ਅੱਛਾ ਜੀ ਤੁਸੀਂ ਆ ਦੇਖੋ ਜੀ ਜਿਵੇਂ ਪੁਰਾਣੇ ਜਵਾਨਾ ਜਿਹੇ ਹੁੰਦੇ ਨੇ ਵੱਡੇ ਵੱਡੇ ਪਾਵ ਵਾਲੇ ਮੰਨਦੇ ਹਾਂ ਜੀ ਹਾਂ ਤੁਸਾਂ ਦੇਖੋ ਇਹਦਾ ਕਿੱਡਾ ਵਾ ਮੋਟਾ ਹੈ ਨਾ ਇਹ ਤਾਂ ਆਜ਼ਾਦੀ ਤੋਂ ਪਹਿਲਾਂ ਦਾ ਲੱਗਦਾ ਹੈ ਨਾ ਜਮਾ ਹਾਂ ਜੀ ਹਾਂ ਜੀ ਤੁਸੀਂ ਇਹ ਲਾ ਲਓ ਜੀ ਇਹਦੀ ਨਾਂ ਤਾਂ ਕੋਈ ਸੇਰ ਵਾ ਠੀਕ ਹੈ ਭੱਜਿਆ ਨਾ ਉਹ ਵੀ ਬਿੰਗਾ ਹੋਇਆ ਹੈ ਇਸੇ ਤਰ੍ਹਾਂ ਹੀ ਬਾਹੀ ਵਾਲਾ ਸਿਸਟਮ ਹੈ ਇਹਦਾ ਠੀਕ ਹੈ ਜੀ ਮਤਲਬ ਜੋ ਹੈਗਾ ਉਵੇਂ ਹੀ ਪਿਆ ਸੀ ਹਾਂ ਜੀ ਐਜ਼ ਇਟ ਜਦੋਂ ਇਹ ਬਣਿਆ ਪਹਿਲਾਂ ਦਾ ਮੇਰਾ ਖਿਆਲ ਤਾਂ ਨਹੀਂ ਲੱਗਦਾ ਵੀ ਇਹ ਕਿਤੇ ਵਸੇ ਗਿਆ ਹੋ ਕਿਸੇ ਮਿਸਤਰੀ ਕੋਲੇ ਅੱਛਾ ਜੀ ਹਾਂ ਜੀ ਹੁਣ ਅੱਜ ਕੱਲ ਉਹਦੀ ਟੁੱਟੀਆਂ ਹੁੰਦੀਆਂ ਹਾਂ ਜੀ ਹਾਂ ਜੀ ਅੱਜ ਕੱਲ ਤਾਂ ਛੱਡ ਹੀ ਗਈ ਹੁੰਦਾ ਠੀਕ ਹੈ ਭਾਈ ਤੇ ਇੱਕ ਮੇਰੀ ਪਰਦਾਦੇ ਦਾ ਸੰਦੂਖ ਹੈ ਜੀ ਠੀਕ ਹੈ ਭਾਈ ਹਾਂ ਜੀ ਹਾਂ ਜੀ ਇਹਨੂੰ ਵੀ ਅਸੀਂ ਖੈਰ ਚੰਗੀ ਸੰਭਾਲ ਕਰੀ ਵੀ ਹੈ ਠੀਕ ਹੈ ਭਾਈ ਪਰ ਆਪਦੀ ਟੈਂ ਦੇ ਹਿਸਾਬ ਨਾਲ ਤਾਂ ਹਾਲਾਤ ਥੋੜੇ ਬਦਲਦੇ ਰਹਿੰਦੇ ਹਨ ਉਹ ਤਾਂ ਬਦਲਦੇ ਰਹਿੰਦੇ ਭਾਈ ਪਰ ਮੇਨ ਗੱਲ ਉਹ ਟਾਈਮ ਵਾਲੀ ਲੱਕੜ ਦੇਖੋ ਕਿੰਨੀ ਮਜ਼ਬੂਤ ਸਪਾਈ ਦੇਖ ਲਓ ਉਹ ਵੀ ਹਾਂ ਜੀ ਹਾਂ ਜੀ ਕਾਰੀਗਰ ਦੀ ਕਾਰੀਗਰੀ ਦੇਖੋ ਜੀ ਤੁਸੀਂ ਅੱਗੋਂ ਹਨਾ ਮਤਲਬ ਕਿੰਨੀ ਬਰੀਕੀ ਨਾਲ ਚੀਜ਼ਾਂ ਨੇ ਉਹ ਕਰੀਆਂ ਵੀ ਅੱਜ ਕੱਲ ਦਾ ਇਹ ਤਾਂ ਚਲੋ ਮਸ਼ੀਨੀ ਆ ਗਈ ਚੀਜ਼ ਹੈ ਪਰ ਉਸ ਟਾਈਮ ਤੇ ਦੇਖੋ ਤੁਸੀਂ ਕਿੰਨਾ ਸਮਾਂ ਕੀਤਾ ਨਾਲੇ ਤੁਸੀਂ ਇਹ ਦੇਖ ਲਓ ਵੀ ਜਿਸ ਤਰ੍ਹਾਂ ਸੀਗਾ ਉਸੇ ਤਰ੍ਹਾਂ ਹੀ ਰੱਖਿਆ ਠੀਕ ਹੈ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਵੀ ਆਪਾਂ ਇੱਥੋਂ ਐ ਕਰਵਾ ਲਈਏ ਇੱਥੋਂ ਐ ਕਰਵਾ ਲਈਏ ਠੀਕ ਆ ਭਾਈ ਇਹਦੇ ਹਾਲਾਤਾਂ ਦੇ ਮਤਲਬ ਸੰਭਾਲ ਕੇ ਜਿਵੇਂ ਚੱਲਦਾ ਹਾਂ ਉਹੀ ਚੱਲਣਾ ਠੀਕ ਆ ਭਾਈ ਤੇ ਆ ਸਾਨੂੰ ਪਤਾ ਹੀ ਜਿਵੇਂ ਆਪਾਂ ਪਹਿਲਾਂ ਦੇਖ ਦਿੰਨੇ ਆ ਪੁਰਾਣੀ ਮਧਾਨੀ ਆ ਹੱਥੀ ਰੜਕਾਂ ਵਾਲੀ ਮਧਾਨੀ ਹੱਥੀ ਰੜਕਾਂ ਵਾਲੀ ਠੀਕ ਹੈ ਹਾਂਜੀ ਹਾਂਜੀ ਤੇ ਰੜਕਾਂ ਹੀ ਪੁਰਾਣੇ ਆ ਭਾਈ ਇਕੱਲੇ ਮਧਾਨੀ ਮਧਾਨੀ ਪੁਰਾਣੀ ਆ ਰੜਕਾਂ ਦਾ ਸਾਨੂੰ ਪਤਾ ਨਾ ਟਾਈਮ ਚੱਲਣ ਵਾਲੇ ਹੁੰਦੇ ਨਹੀਂ ਹੈਨਾ ਕਈ ਵਾਰੀ ਮਿੱਟੀ ਦੀ ਚੀਜ਼ਾਂ ਗਈਆਂ ਕਈ ਵੇਲੇ ਥੋੜ੍ਹ ਜੰਦੀਆਂ ਵੀ ਚਲੋ ਵੈਸੇ ਹੈਗੇ ਆਪਣੇ ਕੋਲ ਪਏ ਆ ਇਹ ਮੈਨੂੰ ਕਿਹਾ ਸੀ ਕਿ ਕਿੰਨੇ ਘੰਟੇ ਆਉਣਗੇ ਠੀਕ ਹੈ ਮੈਂ ਉਹ ਵਧਾਣੀਆਂ ਪਰਾਨੀਆਂ ਹਾਂ ਮੈਂ ਉਹ ਵਧਾਣੀਆਂ ਇੱਕ ਆ ਗਈ ਜਿਹ ਕਿਧਰ ਪਈ ਹੈ ਠੀਕ ਹੈ ਭਾਈ ਜਾਂ ਜਿਵੇਂ ਆ ਲਾਲਟਨ ਵਗੈਰਾ ਆ ਗਈ ਠੀਕ ਹੈ ਭਾਈ ਉਹ ਨਾਲ ਪੂਰੀ ਵਾਲਾ ਸਿਸਟਮ ਜਿਹੜੀ ਪਈ ਹੈ ਜੀ ਟੇਰਨ ਪਿਆ ਉਹ ਪੰਖ ਕਹਿੰਦੇ ਹੈ ਜਿਹਨੂੰ ਇਹ ਪੰਖ ਕੀ ਹੁੰਦਾ ਵੀ ਇਹ ਇਹ ਪੰਖ ਜਦੋਂ ਆਪਾਂ ਅੱਗੇ ਨਹੀਂ ਆਪਣੇ ਬਜ਼ੁਰਗ ਮਾਈਆਂ ਜਾਂ ਕੋਈ ਮੰਨ ਲਓ ਕੁੜੀਆਂ ਇਕੱਠੀਆਂ ਹੋ ਗਏ ਜੀ ਉਦਰੀ अच्छा अच्छा ठीक है ठीक है ये उदों कहंदे उदों ਵਰਤੋ ਚ ਆਉਂਦਾ ਉਹਨਾਂ ਦੇ ਇਸ ਤਰ੍ਹਾਂ ਜਿਵੇਂ ਤੁਸੀਂ ਹੁਣ ਖੋਲਿਆ ਇਸ ਤਰ੍ਹਾਂ ਉਹਨੂੰ ਕਰਕੇ ਰੱਖਦੇ ਜਾਉਂਦਾ ਆ ਜਿਵੇਂ ਇਹਦੇ ਉਹਦੇ ਵਾਂਗੂ ਬੈਲਟ ਵਾਂਗੂ ਅੱਗੇ ਦੇ ਅੱਗੇ ਵੱਜ ਜਾ ਹਾਂਜੀ 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 ਠੀਕ ਆ ਭਾਈ ਇਹ ਪੱਖੀਆਂ ਵਗੈਰਾ ਆ ਗਏ ਹਾਂ ਇਹ ਪੱਖੀਆਂ ਜੀ ਜਿਵੇਂ ਆਪ ਹੱਥੇ ਆ ਗਏ ਇਹ ਵੀ ਇਧਰੀਆਂ ਬਣਦੇ ਪੰਖੇ ਉਗਲੀ ਕੰਮ ਨਾਲ ਆਉਂਦਾ ਜੀ ਠੀਕ ਆ ਜੀ ਆਏ ਹੱਥ ਜਾਏ ਮਾਰ ਦਿੰਦਾ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਆ ਭਾਈ ਇਹ ਇਹ ਕਹਣਾ ਕਮ ਆ ਚੀਜ਼ ਵੀ ਵਧੀਆ ਹਨ ਇੱਥੋਂ ਆਪਾਂ ਦੇਖੀਏ ਹਾਂਜੀ 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 ਤੇ ਵੀ ਜੇ ਹੁਣ ਆਪਾਂ ਬਾਹਰ ਅੰਦਰ ਦੇਖਣਾ ਹਾਂਜੀ ਇਹ ਇੱਕ ਤਰ੍ਹਾਂ ਦਾ ਆਪਾਂ ਕਹੀਏ ਦੇਸੀ ਸੀਸੀਟੀਵੀ ਕੈਮਰਾ ਹੈ ਹਾਂ ਦੇਸੀ ਸੀਸੀਟੀਵੀ ਹਾਂ ਇੱਥੋਂ ਖੜੇ ਆਪਾਂ ਬਾਹਰ ਤਾਂ ਦਿਨੇ ਨਹੀਂ ਕਿਸੇ ਨੂੰ ਤਾਂ ਠੀਕ ਹੈ ਪਰ ਆਪਾਂ ਸਭ ਕੁਝ ਦੇਖੀ ਜਾਨੇ ਹਾਂ ਜੀ ਹਾਂਜੀ ਹਾਂਜੀ ਆ ਕਈ ਵਾਰ ਚਲੋ ਹੁੰਦਾ ਹੈ ਪਿੰਡ 'ਚ ਕੁਝ ਵੀ ਆਪਾਂ ਦੇਖਣਾ ਜਾਂ ਕੋਈ ਦਾ ਖੇਤਾਂ 'ਚ ਕੋਈ ਸਭ ਹਾਂਜੀ 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 ਇੱਥੋਂ ਆਪਾਂ ਨੂੰ ਇੱਕ ਥਾਂ ਤੋਂ ਪਤਾ ਲੱਗ ਸਕਦਾ ਹਾਂਜੀ 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 ਠੀਕ ਹੈ ਭਾਈ ਭਾਈ ਛੱਤ ਦੇ ਉੱਪਰ ਆ ਗਏ ਤੇ ਬਹੁ ਤੇ ਸਾਰਾ ਸਿਸਟਮ ਦੇਖ ਕੇ ਤੇ ਇਹ ਬਾਈ ਖੇਤ ਆਪਣੇ ਆਗੇ ਹਾਂਜੀ ਆਪਣੇ ਸਾਰੇ ਖੇਤ ਠੀਕ ਹੈ ਬਈ ਉਹ ਬੱਟਾਂ ਜਾਂ ਬਾਲੀਆਂ ਉਹ ਕਰਕੇ ਕਿਹਾਰੇ ਵਾਲੇ ਛੋਟੇ ਪਾ ਰਖੇ ਆਪਾਂ ਉਹ ਬੱਟਾਂ ਦੀ ਗੱਲ ਤਾਂ ਇਸ ਤਰ੍ਹਾਂ ਵੀਰੇ ਹਾਂਜੀ ਜਦੋਂ ਆਪਾਂ ਸਾਰੇ ਤੁਸੀਂ ਵੀ ਜ਼ਿੰਮੇਦਾਰ ਭਰਾਈਓ ਹਾਂਜੀ ਬਈ ਤੁਹਾਨੂੰ ਪਤਾ ਵੀ ਜਦੋਂ ਆਪਾਂ ਜੀਰੀ ਛੋਟੀ ਹੁੰਦੀ ਹੈ ਉਹ ਉਹ ਚੀਜ਼ਾਂ ਦਾ ਸੌਖਾ ਰਹਿੰਦਾ ਆਪਾਂ ਨੂੰ ਹਾਂਜੀ ਬਈ ਜਦੋਂ ਜਿਵੇਂ ਜਿਵੇਂ ਉਹ ਆਪਦੀ ਗਰੋਥ ਕਰ ਜਾਂਦੀ ਹੈ ਤੇ ਉਹ ਆਪਾਂ ਨੂੰ ਲਾਂਘਾ ਨਹੀਂ ਦਿੰਦੀ ਕੋਈ ਰੇਗ ਵੇਲੇ ਸਪਰੇ ਵੇਲੇ ਠੀਕ ਹੈ ਜੀ ਤੇ ਅਸੀਂ ਸੋਚਿਆ ਵੀ ਯਾਰ ਆਪਣੇ ਤੁਹਾਨੂੰ ਪਤਾ ਕਿ ਕਿੰਨੇ ਊਟੇ ਪੈਰ ਪੁਰ ਛਿੱਲੇ ਜਾਂਦੇ ਆ ਹਾਂਜੀ ਬਜੀ ਤੇ ਅਸੀਂ ਅਖਿਆ ਵੀ ਇਹਦਾ ਕੋਈ ਆਪਾਂ ਹੱਲ ਲੱਭੀਏ ਠੀਕ ਆ ਬਜੀ ਉਹ ਫਿਰ ਸਾਡੇ ਨਾਲ ਇੱਥੇ ਬੈਠੇ ਬੈਠਣ ਦੇ ਮਾਈਂਡ ਦੇ ਵਿੱਚ ਆਇਆ ਵੀ ਯਾਰ ਆਪਾਂ ਕਿਉਂ ਨਾ ਕੈਰੇ ਛੋਟੇ ਕਰ ਲਈਏ ਠੀਕ ਹੈ ਜੀ ਅਸੀਂ ਕੈਰੇ ਛੋਟੇ ਕਰਕੇ 40 40 ਫੁੱਟ ਦੇ ਲੈ ਆਏ ਅੱਛਾ ਜੀ 40 40 ਫੁੱਟ ਦੇ ਵਿੱਚ ਹੁਣ ਅਸੀਂ ਸਪਰੇਅ ਕਰਦੇ ਆ ਵੀਰੇ ਸਪਰੇਅ ਪੰਪ ਨਾਲ ਪੰਪ ਨਾਲ ਜਾਂਦੀ ਹੈ ਤਰ ਹਾਂਜੀ ਉਹ ਅਸੀਂ ਕੀ ਕਰਦੇ ਆਂ ਇਧਰੋਂ 1 ਬੱਟੇ ਦੁਰੇ ਜੰਨੇ ਆਂ ਠੀਕ ਆ ਭਾਈ ਉਧਰੋਂ ਦੂਜੀ ਬੱਟ ਤੇ ਝੜ ਕੇ ਆ ਜੰਨੇ ਆਂ ਸਪਰੇ ਤੋਂ ਡਰਦੇ ਹੁੰਦੇ ਨਾਲੇ ਮਿੱਧੀਆਂ ਨੂੰ ਛੋਨਾਵਾ ਮਿੱਧੀਆਂ ਨਾਲ ਨਹੀਂ ਕਿੰਨਾ ਨਾਲੇ ਓਨੀ ਆਪਾਂ ਸਿੱਟੇ ਜਿਵੇਂ ਹੁਣ ਨਿਸਰ ਗਿਆ ਜੀਰੀ ਸਿੱਟੇ ਕੱਢ ਰਹੀ ਹੈ ਹਾਂਜੀ ਤੇ ਓਨੀ ਥੱਲੇ ਮੈਦ ਦੰਨੇ ਆਂ ਅਨਾਜ ਦੀ ਬਰਬਾਦੀ ਵੀ ਹੈ ਕਿ ਤਨਾ ਕਿਤੇ ਹਾਂਜੀ ਹਾਂ ਭਾਈ ਤੇ ਇਹ ਹੁਣ ਅਸੀਂ ਕੀ ਕਰਦਾ ਬੱਟਾਂ ਛੋੜੀਆਂ ਪਾਲੀਆਂ ਕਿਆ ਰੇ ਬਧਾਲੇ ਸिखਾ ਲੇ ਆ ਸਾਨੂੰ ਇਹ ਸਪਰੇ ਨੂੰ ਇਹ ਨਹੀਂ ਹੈਗਾ ਵੀ ਜਦ ਸਪਰੇ ਦੇ ਨਾਮ ਤੋਂ ਸੀ ਡਰਦੇ ਆ ਅੱਗੇ ਡਰ ਲੱਗਦਾ ਵੀ ਸਪਰੇ ਕਰਾਂਗੇ ਹਾਂ ਗੱਲ ਥੋੜੀ ਸੋਚਣ ਦੀ ਹੈ ਬਸ ਠੀਕ ਆ ਬਈ ਤੇ ਸਬਜੀ ਵੀ ਬਈ ਇਧਰ ਤੋਰੀਆਂ ਵਗੈਰਾ ਫਿਰ ਹਾਂਜੀ 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 ਇਹ ਹੀ ਆਪਣੀਆਂ ਵੀਰੇ ਕਿਵੇਂ ਰਹੀ ਫਸਲ ਇਹਦੀ ਬਈ ਇੱਕ ਤੀ ਤੋਰੀਆਂ ਦੀ ਮੀਮੂ ਨਾਲ ਤਾਂ ਨਹੀਂ ਕੋਈ ਨਹੀਂ ਨਹੀਂ ਵੀਰੇ ਸਬਜੀ ਜਿਹੜੀ ਇਹ ਤੂਰੀ ਹੈ ਤੂਰੀ ਚੱਲਦੀ ਹੈ ਮੀਂਹ ਚੱਲਦੀ ਹੈ ਹਾਂਜੀ ਪਾਣੀ ਪੂਣੀ ਥੋੜਾ ਜਿਆ ਇਹ ਚੱਲ ਜਾਂਦੀ ਹੈ ਜਿਵੇਂ ਆਪਣੇ ਕੋਲ ਆ ਤੁਸੀਂ ਏਰੀਆ ਦੇਖਿਓ ਨੂੰ ਖਾਲੀ ਪਿਆ ਇਹ ਜਿਵੇਂ ਵੀਰੇ ਇੱਥੀ ਥੋੜਾ ਕੁਦਰਤ ਵੱਲੋਂ ਮਾਰ ਪਈ ਹੈ ਇਹਦੇ ਵਿੱਚ ਲਗਭਗ ਇਹ ਸਾਰੇ ਜੀ ਗੋਭੀ ਹੋ ਸੀਗੀ ਠੀਕ ਆ ਬਾਈ ਤੇ ਉਹ ਗੋਭੀ ਆਪਣੀ ਏਦੋਂ ਪਹਿਲਾਂ ਬਹੁਤ ਵੱਡੀ ਵੱਡੀ ਲਗਭਗ ਗੋਡੇ ਗੋਡੇ ਦੇ ਨੇੜੇ ਹੋ ਗਏ ਜਿੱਥੋਂ ਇਹਨੇ ਹੁਣ ਆਪਾਂ ਨੂੰ ਫਰੂਟ ਦੇਣਾ ਸੀ ਜੀ ਗੋਭੀ ਨੇ ਹਾਂਜੀ ਆਪਾਂ ਮਾਰਕੀਟ ਲੈ ਕੇ ਜਾਨੇ ਸੀ ਤੇ ਉਥੋਂ ਜਾ ਕੇ ਜਦੋਂ ਮੀਂਹ ਜਾਦੇ ਪੈ ਗਿਆ ਤੇ ਉਹ ਸੱਲਣੇ ਸਾਰੀ ਖਰਾਬ ਕਰ ਦਿੱਤੀ ਆ ਹੁਣ ਕੱਲ ਹੀ ਵਾਕੇ ਆਟੇ ਸਭ ਤੋਂ ਪਹਿਲਾਂ ਠੀਕ ਆ ਬਾਈ ਹਾਂਜੀ ਹਾਂਜੀ ਤੇ ਇੱਕ ਵਈ ਗੱਲ ਆ ਜਾਂਦੀ ਕੁਦਰਤ ਦੀ ਕੁਦਰਤ ਨਾਲ ਵੀ ਤੁਸੀਂ ਬਹੁਤ ਜੁੜੇ ਹੋ ਜਿਵੇਂ ਖੇਤਾਂ 'ਚ ਘਰ ਪਾਇਆ ਹੋਈ ਟਾਲੀ ਟਾਲੀਆਂ ਲਾ ਰੱਖਿਆ ਨਾ ਇਧਰ ਆ ਸਾਰਾ ਇੱਥੇ ਖਾ ਲਿਆ ਗਿਆ ਬਈ ਆਪਣਾ ਇਹ ਇਹ ਇੰਨੀ ਖਾਲ ਇਹ ਮਤਲਬ ਉਹ ਇੱਕ ਦੇਖਣ ਨੂੰ ਤੁਹਾਨੂੰ ਲੱਗਦਾ ਖਾਲ ਆਪਾਂ ਦੂਰ ਖੜੇ ਹਾਂ ਥੋੜਾ ਜਿਹਾ ਹਾਂਜੀ ਬਈ ਇਹ ਆਪਣੇ ਬਾਹਾਂ ਦੇ ਵਿੱਚੋਂ ਕਿਦ ਤਰ੍ਹਾਂ ਪੌੜੀ ਹੈ ਠੀਕ ਆ ਬਈ ਉਹ ਜਿਹੜਾ ਉੱਪਰ ਥੋੜਾ ਜਿਹਾ ਉੱਚਾਗਾ ਉਹਦਾ ਹੈਗਾ 8-10 ਇੰਚ ਦਾ ਫਰਕ ਹੈ ਠੀਕ ਆ ਬਈ ਆ ਨੀਚੇ 10 ਇੰਚ ਨੀਵੇਂ 8 ਇੰਚ ਹਾਂਜੀ ਬਈ ਤੇ ਉਹ ਫਿਰ ਬੱਟ ਹੁਣ ਤਾਂ ਹੈ ਨਹੀਂ ਕਿ ਵੀ ਆਪਾਂ ਉਹ ਆਈ ਵਰਬ ਹੋਣੀ ਹੈ ਉਹ ਇੱਕ ਤਰ੍ਹਾਂ ਦੀ ਪੱਕੀ ਬੱਟ ਉੱਚੀ ਨੀਵੇਂ ਦਾ ਕਰਕੇ ਠੀਕ ਆ ਬਈ ਉਹ ਫਿਰ ਸਾਨੂੰ ਥੋੜਾ ਜਿਹਾ ਰਹਿੰਦਾ ਇਸ ਤਰ੍ਹਾਂ ਦਾ ਪਹਿਲਾਂ ਵੀ ਕਿਉਂ ਅਸੀਂ ਤੁਹਾਨੂੰ ਆਪਾਂ ਦੱਸਾਂਗੇ ਉਧਰ ਘਰੇ ਵੀ ਨਾ ਆਪ ਦੀ ਘਰ ਦੀ ਉਡਾਲੀ ਲਾਈ ਵੀ ਹੈ ਠੀਕ ਹੈ ਬਾਈ ਤੂੰ ਦੇਖੋ ਸਾਡੀਆਂ ਮੋਟਰਾ ਮਾਟਰਾ ਦੇ ਜਾਂ ਕੋਈ ਹੋਰ ਦਰਖਤ ਆਸੇ ਪਾਸੇ ਦੇਖ ਲਓ ਇਹ ਵੀ ਨਾਲੇ ਆਪਣੇ ਪ੍ਰਾਤਨ ਦਰਖਤਾਂ ਚ ਆ ਜਾਂਦੇ ਨੇ ਬਾਈ ਹਾਂਜੀ 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 ਜਿਹੜੇ ਨਵੇਂ ਲਾਉਣੇ ਇਹ ਲੌਂਗ ਟਰਮ ਵਾਲੇ ਦਰਖਤਾਂ ਹਾਂਜੀ 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 ਠੀਕ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਬਿਲਕੁਲ ਨਹੀਂ ਸ਼ੁਕਰੀਆ ਜੀ ਜੀ ਆਇਆਂ ਨੂੰ